ਕਹਿਣਾ ਚਾਹੁੰਦੀ ਹਾਂ ਕਿ ਹਰ ਥਾਂ ਤੇ ਕੁੜੀ ਨਹੀਂ ਗਲਤ ਹੁੰਦੀ, ਜਾਂ ਵੀ ਇੱਦਾਂ ਨਹੀਂ ਕਰਨਾ ਚਾਹੀਦਾ ਵੀ ਕਿਸੇ ਇੱਕ ਦੀ ਗੱਲ ਸੁਣ ਕੇ ਜੇ ਕਿਸੇ ਇੱਕ ਨੇ ਪੋਸਟ ਪਾਤੀ ਆ ਤਾਂ ਆਪਾਂ ਉਸ ਚੀਜ਼ ਨੂੰ ਬਿਨਾਂ ਦੇਖੇ ਬਿਨਾਂ ਵਿਚਲੀ ਗੱਲ ਪਤਾ ਕੀਤੇ ਵੀ ਸਾਰੇ ਕਿਤੇ ਆਪਾਂ ਵੀ ਪੋਸਟਾਂ ਪਾਉਣ ਲੱਗ ਜਾਈਏ। ਇੱਕ ਜਾਣੇ ਦੀ ਤਾਂ ਡੈਥ ਹੋ ਗਈ ਆ ਪਰ ਤੁਸੀਂ ਦੂਜੇ ਨੂੰ ਵੀ ਮਾਰ ਰਹੇ ਹੋ। ਇਹੀ ਕਹਿਣਾ ਚਾਹੁੰਦੀ ਹਾਂ ਕਿ ਸੱਚ ਸਾਹਮਣੇ ਆਉਣਾ ਚਾਹੀਦਾ ਆ, ਇਹ ਨਹੀਂ ਕਿ ਜੇ ਉਹਨਾਂ ਦੀ ਡੈਥ ਹੋ ਗਈ ਆ ਤਾਂ ਉਸ ਚੀਜ਼ ਲਈ ਮੈਨੂੰ ਜ਼ਿੰਮੇਵਾਰ ਮੰਨਣਾ ਚਾਹੀਦਾ ਆ ਤੇ ਸਾਰੇ ਇਲਜ਼ਾਮ ਸਾਰਾ ਕੁਛ ਉਹਨਾਂ ਨੇ ਮੇਰੇ ਤੇ ਸੁੱਟਤਾ ਆ। ਪਰ ਮੈਂ ਇਹ ਡਰ ਨਹੀਂ ਹੈਗਾ ਕਿ ਮੈਨੂੰ ਡਿਪੋਰਟ ਕਰ ਦੇਣਗੇ, ਪਰ ਇੱਦਾਂ ਆ ਕਿ ਮੇਰੇ ਤੇ ਗਲਤ ਇਲਜ਼ਾਮ ਲਾ ਕੇ ਮੈਨੂੰ ਡਿਪੋਰਟ ਕਰ ਰਹੇ ਨੇ, ਉਹ ਗੱਲ ਦਾ ਦੁੱਖ ਹੈ। ਠੀਕ ਹੈ, ਇਹ ਗੱਲ ਦਾ ਡਰ ਨਹੀਂ ਹੈਗਾ ਕਿ ਮੈਨੂੰ ਡਿਪੋਰਟ ਕਰ ਦੇਣਗੇ ਜਾਂ ਮੈਂ ਇੰਡੀਆ ਚੱਲ ਜਾਊਂਗੀ, ਕੁਛ ਵੀ ਇਹ ਨਹੀਂ ਹੈਗਾ। ਮੈਂ ਉੱਥੋਂ ਹੀ ਆਈ ਸੀਗੀ, ਕੋਈ ਗੱਲ ਨਹੀਂ, ਜੇ ਉੱਥੇ ਚਲੀ ਜਾਊਂਗੀ ਦੁਬਾਰਾ ਉਹਦਾ ਕੋਈ ਡਰ ਨਹੀਂ ਹੈਗਾ ਮੈਨੂੰ। ਠੀਕ ਹੈ, ਤੁਹਾਡੇ ਪਰਿਵਾਰਕ ਮੈਂਬਰ ਪਰ ਇਦਾਂ ਆ ਕਿ ਜੀ ਬੋਲੋ, ਤੁਸੀਂ ਆਪਣੀ ਗੱਲ ਪੂਰੀ ਕਰੋ। ਹਾਂ, ਬਟ ਇਦਾਂ ਆ ਕਿ ਲੋਕ ਇੱਕ ਦਿਨ ਦੀ ਗੱਲ ਸੁਣ ਕੇ ਵੀ ਮੈਨੂੰ ਗਲਤ ਕਹਿ ਕੇ ਇਦਾਂ ਇਦਾਂ ਡਿਪੋਰਟ ਕਰਨਗੇ ਤਾਂ ਉਹ ਚੀਜ਼ ਦਾ ਮੈਨੂੰ ਗਲਤ ਲੱਗਦੀ ਆ। ਠੀਕ ਹੈ, ਇਹ ਸੀ ਬੇਅੰਤ ਕੌਰ ਦਾ ਵੀਡੀਓ ਜਿਸ ਵਿੱਚ ਉਹਨਾਂ ਨੇ ਆਪਣਾ ਪੱਖ ਰੱਖਿਆ। ਤੁਹਾਡਾ ਇਸ ਬਾਰੇ ਕੀ ਵਿਚਾਰ ਆ ਕਮੈਂਟ ਕਰਕੇ ਸਾਨੂੰ ਜ਼ਰੂਰ ਦੱਸਿਓ, ਅਤੇ ਤੁਸੀਂ ਇਸ ਬਾਰੇ ਕੀ ਕਹਿਣਾ ਚਾਹੁੰਦੇ ਹੋ ਇਹ ਵੀ ਕਮੈਂਟ ਕਰਕੇ ਤੁਸੀਂ ਜ਼ਰੂਰ ਦੱਸਿਓ। ਅਤੇ ਤੁਸੀਂ ਕਿਸ ਨੂੰ ਸਪੋਰਟ ਕਰ ਰਹੇ ਹੋ, ਲਵਪ੍ਰੀਤ ਲਾਡੀ ਨੂੰ ਜਾਂ ਫਿਰ ਬੇਅੰਤ ਕੌਰ ਨੂੰ, ਇਹ ਵੀ ਕਮੈਂਟ ਕਰਕੇ ਸਾਨੂੰ ਜ਼ਰੂਰ ਦੱਸਿਓ। ਅਤੇ ਹੁਣ ਤੱਕ ਲਈ ਇੰਨਾ ਹੀ, ਅਤੇ ਜਦ ਤੱਕ ਤੁਸੀਂ ਦੇਖਦੇ ਰਹੋ ਵਿਰਸਾ ਟੀਵੀ।